we are not muslim we are sikkh we are different than muslims hmm. eh saadi identity aa musliman dharm maada nahi oh maade nahi par je koi dharm de naam te koi maada kamm karda oh maada hai aur main charcha de vich jaake vi apni sikkh pehchan bare eh dasda ohde naal bahut zyada farak paya hai ajit web tv vekh rahe sare darshak da ਸ਼ਿਕਾਗੋ ਅਮਰੀਕਾ ਤੋਂ ਨਿੱਘਾ ਸਵਾਗਤ ਹੈ ਅੱਜ ਸਾਡੇ ਨਾਲ ਅਮਰੀਕਾ ਦੇ ਪੰਥਕ ਹਲਕਿਆਂ ਚ ਸਿੱਖ ਹਲਕਿਆਂ ਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੰਤ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ ਨਾਲਡੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪਿਛਲੇ ਕਰੀਬ 3 ਦਹਾਕਿਆਂ ਤੋਂ ਉਹਨਾਂ ਨੇ ਅਮਰੀਕਾ ਚ ਸਿੱਖੀ ਦੇ ਪ੍ਰਸਾਰ ਲਈ ਪ੍ਰਚਾਰ ਲਈ ਮਾਨਮੱਤੀਆਂ ਸੇਵਾਵਾਂ ਨਿਭਾਈਆਂ ਨੇ ਹਰ ਸਿੱਖ ਦੇ ਮੰਚ ਚ ਉਨਾ ਪ੍ਰਤੀ ਸਰਦਾ ਅਤਾ ਸਤਿਕਾਰ ਹੈ ਕੁਝ ਐਸਾ ਵਿਚਾਰ ਬਟਾਂਦਰਾ ਕਰਾਂਗੇ ਜਿਸ ਦਾ ਅਮਰੀਕਾ ਚ ਬੜਾ ਮਹੱਤਵਪੂਰਨ ਪੱਖ ਹੈ ਸੁ ਗੱਲ ਕਰਦੇ ਆ ਸੰਤ ਪਪਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅਜੀਤ ਅਖਬਾਰ ਬਨੋਂ ਅਜੀਤ ਵੈਬ ਟੀਵੀ ਵੱਲੋਂ ਮੈਂ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਬੜੇ ਲੰਬੇar ਸੇ ਤੋਂ ਅਮਰੀਕਾ ਚ ਰਹ ਰਹੇ ਹੂੰ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਉਹ ਸੇ ਬਰਮਾ ਜਿਹੜੀਆਂ ਤੁਸੀਂ ਅਮਰੀਕਾ ਚ ਰਹਿੰਦੇ ਆ ਸਿੱਖੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਦਵਾਈਆਂ ਨੇ ਤਾਂ ਕਿ ਦੁਨੀਆ ਭਰ ਚ ਅਜ ਇਸ ਪ੍ਰੋਗਰਾਮ ਨੂੰ ਵੇਖਣ ਭਲੇ ਲੋਕਾਂ ਨੂੰ ਸੰਗਤਾਂ ਨੂੰ ਸਿੱਖ ਕੌਮ ਨੂੰ ਪਤਾ ਲੱਗ ਸਕੇ ਜੀ ਮੈਂ ਜਦੋਂ ਅਮਰੀਕਾ ਚ ਆਇਆ ਮੇਰੇ ਮਨ ਦੇ ਚ ਇੱਕ ਬਲਵਲਾ ਸੀ ਕਿ ਮੈਂ ਕੁਝ ਸਿੱਖੀ ਦੇ ਲਈ ਸਿੱਖੀ ਪ੍ਰਚਾਰ ਦੇ ਲਈ ਕੁਝ ਕਰਨਾ ਵਿਲੱਖਣ ਔਰ ਮੈਂ ਸਭ ਤੋਂ ਪਹਿਲਾਂ ਜਦੋਂ ਮੈਨੂੰ ਇਥੇ ਇਮੀਗ੍ਰੇਸ਼ਨ ਮਿਲੀ ਇਮੀਗ੍ਰੇਸ਼ਨ ਮਿਲਣ ਤੋਂ ਬਾਅਦ ਮੈਂ ਇੱਕ ਸਿੰਘ ਸਜੋ ਲਹਿਰ ਆਰੰਭ ਕੀਤੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਲੱਟ-ਪੱਟ ਮੈਂ 100 ਦੇ ਕਰੀਬ ਕੰਟਰੀਆਂ 'ਚ ਗਿਆ ਵੱਖ-ਵੱਖ ਦੇਸ਼ਾਂ ਜਾ ਕੇ ਮੈਂ ਪ੍ਰਚਾਰ ਕਰਦਾ ਕਥਾ ਕਰਦਾ ਗੁਰਬਾਣੀ ਦੀ ਉਸ ਤੋਂ ਬਾਅਦ ਅਮਰ ਸੰਚਾਰ ਕਰਦਾ ਗੁਰਬਾਣੀ ਨਾਲ ਜੋੜਦਾ ਇਹ ਮੇਰਾ ਪਹਿਲਾ ਕਦਮ ਸੀ ਉਸ ਤੋਂ ਬਾਅਦ ਮੈਂ ਦੁਨੀਆ ਦੀਆਂ 10 ਵੱਖ-ਵੱਖ ਪਾਸ਼ਾਮਾਂ ਦੇ ਵਿੱਚ ਇੰਟਰੋਡਕਟਰੀ ਬੁੱਕਸ ਜਿਹੜੀਆਂ ਨੇ ਉਹ ਤਿਆਰ ਕਰਵਾਈਆਂ ਸ਼ਾਰਟ ਤੇ ਉਹ ਮੈਂ ਜਦੋਂ ਵੀ ਕਿਸੇ 에어ਲਾਈਨ ਦੇ ਵਿੱਚ ਟ੍ਰੈਵਲ ਕਰਦਾ ਤੇ ਮੈਂ ਉੱਥੋਂ ਦੇ ਜੇ ਜਿਸ ਕੰਟਰੀ ਦੀ ਵੀ ਹੈ ਉਹਨਾਂ ਨੂੰ ਮੈਂ ਉਹ ਦੇਣਾ ਔਰ ਜਿਸ ਕੰਟਰੀ 'ਚ ਵੀ ਮੈਂ ਜਾਣਾ ਉੱਥੋਂ ਦੇ 에어ਪੋਰਟ ਤੇ ਜਿਹੜੀ 에어ਪੋਰਟ ਅਥਾਰਟੀ ਆ ਇਮੀਗ੍ਰੇਸ਼ਨ ਆ ਮੈਂ ਉਹਨਾਂ ਨੂੰ ਆਪਣੀ ਪਛਾਣ ਦੱਸ ਕੇ ਮੈਂ ਮਿਲਦਾ ਔਰ ਉਹਨਾਂ ਨੂੰ ਉਹ ਦੇਣਾ ਤੇ ਮੈਂ ਸਿੱਖੀ ਪਛਾਣ ਬਾਰੇ ਉਹਨਾਂ ਨੂੰ ਦੱਸਦਾ ਕਿ ਦਸਤਾਰ ਏ ਕਿ ਇਸ ਦਾੜੀ ਅਸੀਂ ਸਿੱਖਾਂ ਸਾਡੀ ਇਹ ਪਹਿਚਾਨ ਹੈ ਤੇ ਇਹ ਮੈਂ ਇੱਕ ਇਸ ਤਰ੍ਹਾਂ ਦੀ ਇੱਕ ਮੈਂ ਸੰਸਥਾ ਵੀ ਸ਼ੁਰੂ ਕੀਤੀ ਆ ਅ ਅੰਤਰਰਾਸ਼ਟਰੀ ਸਿੱਖ ਪਛਾਣ ਮਹਿੰਮ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਬਈ ਇੱਕ ਬੜਾ ਮਹੱਤਵਪੂਰਨ ਸਵਾਲ ਹੈ ਜੀ ਤੇ ਪਿਛਲੇ ਅਰਸੇ ਵਿੱਚ ਵੀ ਹਾਲ ਹੀ ਵਿੱਚ ਮਕਰਜ਼ਮੀ ਨੱਕ ਪਹਿਲਾਂ ਵੀ ਅ ਇਥੇ ਅਮਰੀਕਾ 'ਚ ਸਾਡੇ ਇੱਕ ਸਿੱਖ ਵੀਰ ਤੇ ਹਮਲਾ ਹੋਇਆ ਜੀ ਇਹ ਜਿਹੜੀਆਂ ਨਸਲੀ ਬੇਤਕਰੇ ਵਾਲੀਆਂ ਘਟਨਾਵਾਂ ਵਾਪਰਦੀਆਂ ਨੇ ਇਹਨਾਂ ਨੂੰ ਰੋਕਣ ਲਈ ਤੁਸੀਂ ਕੀ ਰੂਲ ਅਦਾ ਕਰਦੇ ਹੋ ਜਾਂ ਇਹਨਾਂ ਨੂੰ ਕਿਵੇਂ ਰੁਕਿਆ ਜਾ ਸਕਦਾ ਜਾਂ ਇਹਨਾਂ ਘਟਨਾਵਾਂ ਨੂੰ ਤੁਸੀਂ ਕਿਦਾਂ ਦੇਖਦੇ ਆ ਅ ਮੈਂ ਇਹਦਾ ਮੂਲ ਕਾਰਨ ਇਹ ਜਿਹੜਾ ਇਹਦਾ ਲੱਭਿਆ ਹੈ ਕਿ ਸਾਡੇ ਤੇ ਜਿਹੜੇ ਹਮਲੇ ਹੋ ਰਹੇ ਨੇ ਉਹ ਇਸ ਕਰਕੇ ਨਹੀਂ ਹੋ ਰਿਹਾ ਕਿ ਅਸੀਂ ਸਿੱਖ ਹੂੰ ਉਹ ਸਾਨੂੰ ਮੁਸਲਮਾਨ ਸਮਝ ਕੇ ਸਾਡੇ ਤੇ ਹਮਲਾ ਕਰਦੇ ਨੇ ਜਿੰਨੀ ਦੇਰ ਸਾਡੀਆਂ ਸਿੱਖ ਸੰਸਥਾਵਾਂ ਉਦੇ ਜਵਾਬ ਵਿੱਚ ਇਹ ਨਹੀਂ ਕਹਿੰਦੀਆਂ ਕਿ ਵੀ ਆਰ ਨਾਟ ਮੁਸਲਮ ਵੀ ਆਰ ਸਿੱਖ ਵੀ ਆਰ ਡਿਫਰੈਂਟ ਦੈਨ ਮੁਸਲਿਮਸ ਇਹ ਸਾਡੀ ਆਇਡੈਂਟੀਟੀ ਆ ਓਨੀ دیر ਉਹਨਾਂ ਹਮਲਿਆਂ ਨੂੰ ਮੁਕੰਮਲ ਤੌਰ ਤੇ ਰੋਕਿਆ ਨਹੀਂ ਜਾ ਸਕਦਾ ਮੈਂ ਆਪਣੀ ਤੌਰ ਤੇ ਬੜਾ ਯਤਨ ਕਰਦਾ ਕਿ ਵਕ ਵਕ ਥਾਂ ਮਤੇ ਖਾਸ ਕਰਕੇ 에어ਪੋਰਟਾਂ ਤੇ ਜਾ ਕੇ ਤੇ ਔਰ ਲਿਟਰੇਚਰ ਦੇ ਕੀ ਔਰ ਜਿਹੜਾ ਅਮਰੀਕਨ মিডিਆ ਜਿਹੜਾ ਇਹਨੂੰ ਬਹੁਤ ਫਲੈਸ਼ ਕਰਦਾ ਕਿਉਂਕਿ ਜਿਹੜਾ ਸਾਡਾ মিডিਆ ਉਹਦੀ ਗੱਲ ਸਾਡੇ ਤੱਕ ਹੀ ਸੀਮਿਤ ਰਹਿ ਜਾਂਦੀ ਆ ਮੈਂ ਅਮਰੀਕਨ মিডিਆ ਅਮਰੀਕਨ ਨਿਊਜ਼ ਪੇਪਰਸ ਜਾ ਕੇ ਬਕਾਇਦਾ ਇੰਟਰਵਿਊ ਦੇਣਾ ਕਿ ਆ ਸਾਡੀ ਪਹਿਚਾਨ ਹੈਗੀ ਆ ਔਰ ਅਸੀਂ ਸਿੱਖ ਹਾਂ ਅਸੀਂ ਮੁਸਲਮਾਨਾਂ ਤੋਂ ਟੋਟਲ ਡਿਫਰੈਂਟ ਆ ਮੁਸਲਮਾਨ ਧਰਮ ਮਾੜਾ ਨਹੀਂ ਉਹ ਮਾੜੇ ਨਹੀਂ ਪਰ ਜੇ ਕੋਈ ਧਰਮ ਦੇ ਨਾਂ ਤੇ ਕੋਈ ਮਾੜਾ ਕੰਮ ਕਰਦਾ ਉਹ ਮਾੜਾ ਹੈ ਅਸੀਂ ਪੀਸਫੁਲ ਲੋਕ ਆ ਅਸੀਂ ਵੀ ਆਰ ਦਾ ਬਿਲਡਰ ਆਫ ਦਾ ਨੇਸ਼ਨ ਔਰ ਅਸੀਂ ਅਮਨ ਪਸੰਦ ਲੋਕ ਹਾਂ ਔਰ ਮੈਂ ਚਰਚਾਂ ਦੇ ਵਿੱਚ ਜਾ ਕੇ ਵੀ ਆਪਣੀ ਸਿੱਖ ਪਹਿਚਾਣ ਬਾਰੇ ਇਹ ਦੱਸਦਾ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਔਰ ਕਾਫੀ ਠੱਲ ਪਈ ਆ ਇੱਕ ਹੋਰ ਮੇਰੀ ਜਾਣਕਾਰੀ ਚ ਆਇਆ ਸੀਗਾ ਜਿਹੜੀਆਂ ਸਾਡੀ ਇੱਥੇ ਸਿੱਖ ਸੰਗਤ ਨੂੰ ਜਦੋਂ ਕੋਈ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਅਸਤੀਆਂ ਅਸੀਂ ਕੀਰਤਪੁਰ ਸਾਹਿਬ ਜਾਂ ਹੋਰ ਜਿੱਥੇ ਵੀ ਜਿੱਦਾਂ ਦੀ ਸ਼ਰਧਾ ਉੱਥੇ ਲੈ ਕੇ ਜਾਂਦੇ ਆ ਉਹਦੇ ਲਈ ਕਾਫੀ ਟੈਕਨੀਕਲੀ ਲੀਗਲੀ ਪ੍ਰੋਬਲਮਸ ਆਉਂਦੀਆਂ ਨੇ ਤੁਸੀਂ ਕੋਈ ਇਸ ਦਾ ਕੋਈ ਹੱਲ ਕੀਤਾ ਸੀ ਇੱਥੇ ਉਹ ਸਾਡੇ ਦਰਸ਼ਕਾਂ ਨੂੰ ਜੀ ਕਿਉਂਕਿ ਸਾਡੀ ਇੱਕ ਟ੍ਰੈਡੀਸ਼ਨ ਆ ਕਿ ਕ੍ਰੀਮੇਸ਼ਨ ਤੋਂ ਬਾਅਦ ਸੰਸਕਾਰ ਤੋਂ ਬਾਅਦ ਜਿਹੜੀਆਂ ਅਸਤੀਆਂ ਜਲ ਪ੍ਰਵਾਹ ਕਰੀਆਂ ਜਾਂਦੀਆਂ ਨੇ ਫਲੋਇੰਗ ਵਾਟਰ ਚ ਪਰ ਅਮਰੀਕਾ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਕਿ ਤੁਸੀਂ ਫਲੋਇੰਗ ਵਾਟਰ ਦੇ ਵਿੱਚ ਕੋਈ ਸੁੱਟ ਨਹੀਂ ਸਕਦੇ ਲੋਕਾਂ ਦੇ ਲਈ ਸਾਡੀ ਕਮਿਊਨਿਟੀ ਲਈ ਹਿੰਦੂ ਔਰ ਸਿੱਖ ਕਮਿਊਨਿਟੀ ਲਈ ਬੜੀ ਵੱਡੀ ਸਮੱਸਿਆ ਸੀ ਕਿ ਉਹਨਾਂ ਨੂੰ 에어ਪੋਰਟ ਤੇ ਰੋਕ ਲਿਆ ਜਾਂਦਾ ਸੀ ਕਿ ਇਹਦੇ ਵਿੱਚ ਕੀ ਆ ਉਹਨਾਂ ਨੂੰ ਉਹ ਅਸਤੀਆਂ ਵਾਲਾ ਬਾਕਸ ਖੋਲਣ ਲਈ ਮਜਬੂਰ ਕੀਤਾ ਜਾਂਦਾ ਸੀ ਹੋਮਲੈਂਡ ਸਕਿਉਰਿਟੀ ਵੱਲੋਂ ਔਰ ਉਹ ਅਸਤੀਆਂ ਦੇਖ ਕੇ ਕਹਿੰਦੇ ਸੀ ਕਿ ਵੀ ਡੋਨਟ ਨੋ ਕਿ ਇਹਦੇ ਵਿੱਚ ਕੀ ਆ ਇਹਨਾਂ ਨੂੰ ਲੈਬ ਦੇ ਵਿੱਚ ਲਜਾਇਆ ਜਾਏਗਾ ਜਾਂ ਤੁਸੀਂ ਐਮਬੈਸੀ ਤੋਂ ਚਿੱਠੀ ਲੈ ਕੇ ਆਓ ਉਹਨਾਂ ਦੀ ਫਲਾਈਟ ਕੈਨਸਲ ਹੋ ਜਾਂਦੀ ਸੀ ਔਰ ਬੜੀ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਸੀ ਮੈਂ ਜਦੋਂ ਰਾਖਪੁਰਡ ਵਿੱਚ ਮੂਵ ਹੋਇਆ ਤੇ ਮੈਂ ਇੱਥੇ ਡਿਪਾਰਟਮੈਂਟ ਆਫ ਪੁਲਿਸ ਜੌਬ ਲਈ ਆ ਤੇ ਮੈਂ ਇੱਥੋਂ ਦੀਆਂ ਕਨਸਰਨਿੰਗ ਅਥਾਰਟिटीज ਦੇ ਨਾਲ ਗੱਲਬਾਤ ਕੀਤੀ ਫਾਈਨਲੀ ਬਹੁਤ ਸਾਰੀ ਕਨਵਰਸੇਸ਼ਨ ਤੋਂ ਬਾਅਦ ਬਹੁਤ ਸਾਰੀ ਗੱਲਬਾਤ ਤੋਂ ਬਾਅਦ ਮੀਟਿੰਗਸ ਤੋਂ ਬਾਅਦ ਫਾਈਨਲੀ ਉਹਨਾਂ ਨੇ ਦੇ ਗਏ ਵਾਸਾ ਪਰਮਿਸ਼ਨ ਕਿ ਅਮਰੀਕਾ ਦਾ ਇਹ ਪਹਿਲਾ ਅਸਤਕਾਟ ਹੈ ਲੀਗਲੀ ਜਿੱਥੇ ਤੁਸੀਂ ਹਸਤੀਆਂ ਜਲ ਪ੍ਰਵਾਹ ਕਰ ਸਕਦੇ ਹੋ ਤੇ ਲੋਕਾਂ ਨੇ ਬੜੀ ਵੱਡੀ ਰਾਹਤ ਮਹਿਸੂਸ ਕੀਤੀ ਆ ਔਰ ਮੈਂ ਵੀ ਇਹ ਸਮਝਦਾ ਕਿ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੈਂ ਆਪਣੀ ਕਮਿਊਨਿਟੀ ਦੇ ਕੰਮ ਆ ਸਕਿਆ ਹਾਂ ਨਾਓ ਫ੍ਰੀਲੀ ਆ ਕੇ ਉਹ ਅਰਦਾਸ ਕਰਦੇ ਨੇ ਦਰਦ ਤੋਂ ਬਾਅਦ ਫਿਰ ਉਹ ਦਰਿਆ ਦੇ ਕੰਢੇ ਤੇ ਜਾਂਦੇ ਨੇ ਬਕਾਇਦਾ ਪ੍ਰੋਪਰ ਸੇਫ ਵੀ ਦੇ ਨਾਲ ਉਥੇ ਇੱਕ ਜਗ੍ਹਾ ਬਣੀ ਹੋਈ ਆ ਜਿੱਥੇ ਪਰਿਵਾਰ ਆਪ ਆਪਣੇ ਹੱਥਾਂ ਦੇ ਨਾਲ ਇਹ ਸਾਰਾ ਕੁਝ ਕਰਦਾ ਔਰ ਆਹਤ ਮਹਿਸੂਸ ਕਰਦੇ ਨੇ ਲੀਗਲੀ ਜਿਹੜੀ ਆ ਲੀਗਲੀ ਹੈ ਨਹੀਂ ਹਾਂਜੀ ਇੱਕ ਤੁਸੀਂ ਪੁਲਿਸ ਅਸਸਵਾਵਾ ਉਨ ਨੂੰ ਮਾਉਦੇ ਹੋ ਬੜੇ ਲੰਬੇ ਅਰਸੇ ਤੋਂ ਇੱਥੇ ਰਹਿ ਰਹੇ ਹੋ ਮੈਂ ਸਮਝਾਂਗਾ ਕਿ ਤੁਸੀਂ ਸਿੱਖ ਗੋਮ ਨੂੰ ਸਿੱਖ ਪੰਥ ਨੂੰ ਜਾਂ ਕੁਝ ਹੋਰ ਖਾਸ ਸੰਦੇਸ਼ ਜਾਂ ਕੋਈ ਖਾਸ ਗੱਲ ਕਹਿਣੀ ਚਾਹੁੰਦੇ ਹੋ ਅਮਰੀਕਾ 'ਚ ਰਹਿੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਆਪਣੀ ਪਹਿਚਾਣ ਬਾਰੇ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਨੇ ਜਿਵੇਂ ਮੈਂ ਇੱਕ ਮਾਨ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਮੈਨੂੰ ਸ਼ਿਕਾਗੋ ਦੇ ਵਿੱਚ ਬਹੁਤ ਲੰਮਾ عرصਾ ਹੋ ਗਿਆ तकरीबन 2.5 ਦਹਾਕੇ ਤਿੰਨ ਦੇ ਕਰੀਬ ਹੀ ਹੋ ਚੱਲੇ ਆ ਮੈਂ ਲਗਾਤਾਰ ਇੱਥੋਂ ਦਾ ਜਿਹੜੀ ਇਮੀਗ੍ਰੇਸ਼ਨ ਆ 에어ਪੋਰਟ ਅਥਾਰਟੀ ਆ ਡਿਪਾਰਟਮੈਂਟ ਆਫ ਜਿਹੜਾ ਸਟੇਟ ਆ ਔਰ ਜਿਹੜੀ ਇੱਥੋਂ ਦੀ 에어ਪੋਰਟ ਅਥਾਰਟੀ ਉਹਨਾਂ ਦੇ ਨਾਲ ਮੈਂ ਇਨ ਟੱਚ ਆ ਉਹਨਾਂ ਨੂੰ ਮੈਂ ਟਾਈਮ ਬਾਈ ਟਾਈਮ ਅਪਡੇਟ ਕਰਦਾ ਰਹਿਣਾ ਲਿਟਰੇਚਰ ਦਿੰਦਾ ਰਹਿਣਾ ਔਰ ਇੱਥੇ ਕਿਸੇ ਵੀ ਸਿੱਖ ਦੀ 에어ਪੋਰਟ ਤੇ ਦਸਤਾਰ ਨਹੀਂ ਉਤਰੀ ਕਿਉਂਕਿ ਅਸੀਂ ਉਹਨਾਂ ਨੂੰ ਦੱਸਦੇ ਰਹਨੇ ਆ ਕਿ ਅਸੀਂ ਸਿੱਖਾਂ ਔਰ ਸਿੱਖ ਪਰਸਨੈਲਿਟੀਆਂ ਨੂੰ ਅਸੀਂ 에어ਪੋਰਟ ਦੇ ਅੰਦਰੋਂ ਵੀ ਲੈ ਕੇ ਆਉਨੇ ਆ ਤੇ ਸਾਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੀਦਾ ਮੈਂ ਵੀ ਇਹ ਮੈਸੇਜ ਦੇਣਾ ਅਮਰੀਕਨ ਮੀਡੀਆ ਨੂੰ ਕਿ ए यंग गाइस ऑफ यूनाइटेड स्टेट्स व्हेन यू सी एवरीबॉडी ਮੈਂ ਪੰਜਾਬੀ ਚ ਕਹਾਂ ਕਿ ਜਦੋਂ ਤੁਸੀਂ ਸੜਕ ਤੇ ਜਾਂ ਪਬਲਿਕ ਪਲੇਸਸ ਤੇ ਕਿਸੇ ਬੰਦੇ ਨੂੰ ਪੱਗ ਜਾਂ ਦਾੜ੍ਹੀ ਦੇ ਨਾਲ ਦੇਖਦੇ ਹੋ ਮਤ ਸਮਝੋ ਕਿ ਉਹ ਅਤਵਾਦੀ ਹੈ ਉਹ ਸਿੱਖ ਹੈ ਉਹ ਸ਼ਾਂਤੀ ਪਸੰਦ ਹੈ ਉਹਦੇ ਕੋਲ ਜਾਓ ਉਹਦੇ ਨਾਲ ਗੱਲ ਕਰੋ ਉਹ ਅਮਰੀਕਾ ਨੂੰ ਪਿਆਰ ਕਰਦੇ ਨੇ ਵੀ ਲਵ ਅਮ ਯੂਨਾਈਟਿਡ ਸਟੇਟਸ ਵੀ ਲਵ ਦ ਸਿਟੀਜ਼ਨ ਆਫ ਯੂਨਾਈਟਿਡ ਸਟੇਟਸ ਇਹ ਮੈਸੇਜ ਦੇਾਂਗੇ ਅਮਰੀਕਨ ਲੋਕ ਸਾਡੇ ਤੇ ਕਦੇ ਵੀ ਹਮਲਾ ਨਹੀਂ ਕਰਨਗੇ ਅਸੀਂ ਸੇਫ ਰਹਾਂਗੇ ਸੋ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਅਜੀਤ ਵੈਬ ਟੀਵੀ ਨਾਲ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ